ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਅੱਜ ਦਾ ਆਪਾਂ ਮੇਕਅਪ ਟਟੋਰੀਅਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਓਲਿਵ ਦਾ ਮੋਇਸਚਰਾਈਜ਼ਰ ਲਗਾਇਆ। ਤੁਹਾਡੀ ਸਕਿਨ ਪ੍ਰੈਪ ਹੋਣੀ ਬਹੁਤ ਜ਼ਰੂਰੀ ਹੈ। ਮੈਂ ਫੇਸ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ, ਕਲੀਨਜ਼ਿੰਗ ਕਰ ਲਈ ਸੀ ਫੇਸ 'ਤੇ। ਉਸ ਤੋਂ ਬਾਅਦ ਕੀ ਹੋ ਗਿਆ, ਸਭ ਤੋਂ ਪਹਿਲਾਂ ਮੇਰਾ ਮੋਇਸਚਰਾਈਜ਼ਰ ਜਿਹੜਾ ਮੈਂ ਹੱਥ 'ਤੇ ਲਿਆ ਸੀ ਉਹ ਨੀਚੇ ਗਿਰ ਗਿਆ। ਕੋਈ ਗੱਲ ਨਹੀਂ, ਹੁੰਦਾ ਰਹਿੰਦਾ। ਸੋ ਫਿਰ ਆਪਾਂ ਦੁਬਾਰਾ ਫਿਰ ਮੋਇਸਚਰਾਈਜ਼ਰ ਲੈ ਲਿਆ। ਇੰਨੀ ਕੁਆਂਟਿਟੀ ਦੇ ਵਿੱਚ ਲੈ ਕੇ ਚਾਹੇ ਤੁਹਾਡੀ ਸਕਿਨ ਡਰਾਈ ਆ ਅਤੇ ਚਾਹੇ ਤੁਹਾਡੀ ਸਕਿਨ ਜਿਹੜੀ ਓਇਲੀ ਆ, ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪ੍ਰੈਪਰੇਸ਼ਨ ਮੈਂ ਪਹਿਲੇ ਕਰ ਲਈ ਸੀ, ਫੇਸ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ, ਕਲੀਨਜ਼ਿੰਗ ਕਰ ਲਈ ਸੀ ਫੇਸ 'ਤੇ, ਉਸ ਤੋਂ ਬਾਅਦ ਮੋਇਸਚਰਾਈਜ਼ਰ ਜਿਹੜਾ ਆਪਾਂ ਫੇਸ 'ਤੇ ਅਪਲਾਈ ਕਰਨਾ। ਅੱਜ ਆਪਾਂ ਸਭ ਤੋਂ ਪਹਿਲਾਂ ਜਿਹੜਾ ਫੇਸ ਦਾ ਮੇਕਅਪ ਕਰਾਂਗੇ, ਉਸ ਤੋਂ ਬਾਅਦ ਹੀ ਜਿਹੜਾ ਆਪਾਂ ਆਈਜ਼ ਦਾ ਮੇਕਅਪ ਕਰਾਂਗੇ ਲਾਸਟ 'ਤੇ। ਸੋ ਜਿਹੜਾ ਅੱਜ ਮੈਂ ਪ੍ਰੋਡਕਟ ਦਾ ਰਿਵਿਊ ਕਰਨ ਲੱਗੀ ਹਾਂ, ਮੈਂ ਨਿਊ ਪੈਲੇਟ ਮੰਗਾਈ ਸੀ ਮਾਰਸ ਦੀ। ਸੋ ਸੋਚਿਆ ਤੁਹਾਡੇ ਨਾਲ ਵੀ ਰਿਵਿਊ ਕਰਦਾ, ਕਿਉਂਕਿ ਜਦੋਂ ਵੀ ਮੈਂ ਕੋਈ ਪ੍ਰੋਡਕਟ ਯੂਜ਼ ਕਰਦੀ ਹਾਂ ਜਾਂ ਕੋਈ ਲੈਂਦੀ ਹਾਂ ਤਾਂ ਮੈਨੂੰ ਹੁੰਦਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ, ਕਿਉਂਕਿ ਤੁਸੀਂ ਮੇਰੇ ਮੇਕਅਪ ਟਟੋਰੀਅਲ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹਾਂ। ਹਾਂ, ਮੈਂ ਪ੍ਰੋਫੈਸ਼ਨਲ ਨਹੀਂ ਹੈਗੀ ਮੇਕਅਪ ਆਰਟਿਸਟ, ਬਸ ਜਿੰਨਾ ਕੁ ਆਉਂਦਾ ਉਨਾ ਕੁ ਕਰ ਦਿੰਦੇ ਹਾਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਕਅਪ ਕਿੱਦਾਂ ਦਾ ਲੱਗਾ ਜਾਂ ਕੀ ਚੇਂਜਸ ਕਰਨੇ ਚਾਹੀਦੇ ਆ, ਵੈਸੇ ਆਉਂਦੇ ਵੀ ਆ ਬਹੁਤ ਸਾਰੇ। ਅਤੇ ਉਸ ਤੋਂ ਬਾਅਦ ਆਪਾਂ ਬੇਸ ਯੂਜ਼ ਕਰਨ ਲੱਗੇ ਹਾਂ ਸਵਿਸ ਬਿਊਟੀ ਦਾ, ਬਹੁਤ ਵਧੀਆ ਆ, ਸ਼ਿਮਰ ਆ ਇਹਦੇ ਵਿੱਚ ਅਤੇ ਪਲੱਸ ਇਹ ਬੇਸ ਆ, ਤੁਸੀਂ ਦੇਖਿਓ ਫੇਸ 'ਤੇ ਕਿੰਨੀ ਜ਼ਿਆਦਾ ਗਲੋ ਆ ਜਾਣੀ ਇਹਨੂੰ ਹੀ ਅਪਲਾਈ ਕਰਨੇ ਦੇ ਨਾਲ। ਸੋ ਆਪਾਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਆਪਣੇ ਫੇਸ 'ਤੇ ਅਪਲਾਈ ਕਰ ਦਾਂਗੇ, ਦੋਨਾਂ ਸਾਈਡ 'ਤੇ, ਫੋਰਹੈਡ 'ਤੇ, ਚੇਨ 'ਤੇ। ਸੋ ਆਪਾਂ ਹੈਂਡ ਦੀ ਹੈਲਪ ਦੇ ਨਾਲ, ਤੁਸੀਂ ਬ੍ਰੱਸ਼ਿਜ਼ ਵੀ ਯੂਜ਼ ਕਰ ਸਕਦੇ ਆ, ਬਟ ਮੈਨੂੰ ਕੰਫਰਟੇਬਲ ਹੁੰਦਾ ਕਿ ਮੈਂ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਜਿਹੜਾ ਅਪਲਾਈ ਕਰਦਾ। ਥਰੈਡਿੰਗ ਮੇਰੀ ਕਰਵਾਉਣ ਵਾਲੀ ਆ, ਬਹੁਤ ਟਾਈਮ ਹੋ ਗਿਆ ਮੈਂ ਕਰਵਾਈ ਨਹੀਂ, ਸੋ ਮੈਂ ਲੇਟ ਹੀ ਕਰਵਾਉਂਦੀ ਹਾਂ ਅਤੇ ਮੇਰੇ ਇੰਨੀ ਜ਼ਿਆਦਾ ਗਰੋਥ ਵੀ ਨਹੀਂ ਆਉਂਦੀ, ਇਸ ਕਰਕੇ ਆਪਾਂ ਨਹੀਂ ਕਰਵਾਉਂਦੇ। ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਬੇਸ ਵੀ ਲਗਾ ਲਿਆ ਆ। ਹੁਣ ਇਹ ਜਿਹੜੀ ਮਾਰਸ ਦੀ ਕਵਰੇਜ ਰੇਂਜ ਆਪਾਂ ਮੰਗਵਾਈ ਸੀਗੀ ਪੈਲਟ, ਕੰਸੀਲਰ ਪੈਲਟ ਆ, ਬਹੁਤ ਜ਼ਿਆਦਾ ਵਧੀਆ ਆ। ਇਹਦੇ ਵਿੱਚ ਬਹੁਤ ਸਾਰੀਆਂ ਸ਼ੇਡਸ ਆ, ਅਤੇ ਜਿਹੜਾ ਅੱਜ ਆਪਾਂ ਕਲਰ ਕਰੈਕਟਰ ਵੀ ਕਰਾਂਗੇ, ਸਭ ਤੋਂ ਪਹਿਲਾਂ ਔਰੇਂਜ ਕਲਰ ਕਰੈਕਟਰ ਲਵਾਂਗੇ। ਜਿਹਦੇ ਤੁਹਾਡੇ ਡਾਰਕ ਸਪੋਟਸ ਆ, ਆਈਜ਼ ਦੇ ਨੀਚੇ ਡਾਰਕ ਘੇਰੇ ਆ, ਉੱਥੇ ਇਹਨੂੰ ਚੰਗੀ ਤਰ੍ਹਾਂ ਬ੍ਰੱਸ਼ ਦੀ ਹੈਲਪ ਦੇ ਨਾਲ ਅਪਲਾਈ ਕਰਾਂਗੇ। ਪਹਿਲਾਂ ਮੈਂ ਕਲਰ ਕਰੈਕਟਿੰਗ ਨਹੀਂ ਕਰਦੀ ਸੀਗੀ, ਕਿਉਂਕਿ ਮੇਰੇ ਕੋਲ ਹੈ ਹੀ ਨਹੀਂ ਸੀ। ਸੋ ਮੈਂ ਹੁਣੇ ਮੰਗਾਈ ਇਹ ਕਲਰ ਕਰੈਕਟਿੰਗ ਜਿਹੜੀ ਪੈਲਟ ਆ, ਅਤੇ ਮੈਂ ਸੋਚਿਆ ਕਿ ਹੋਣੀ ਚਾਹੀਦੀ ਆ। ਕਦੀ ਕਦੀ ਆਪਾਂ ਨੂੰ ਪੂਰਾ ਪ੍ਰੋਪਰ ਬੇਸ ਰੈਡੀ ਕਰਨਾ ਪੈਂਦਾ ਤਾਂ ਉਹਦੇ ਵਿੱਚ ਨੀਡ ਪੈਂਦੀ ਆ। ਸੋ ਆਪਾਂ ਜਿੱਥੇ ਲਿਪਸ ਦੇ ਅਰਾਊਂਡ ਆਪਣੇ ਡਾਰਕਨੈਸ ਆ, ਉੱਥੇ ਵੀ ਅਪਲਾਈ ਕਰ ਲਈ। ਜਿੱਥੇ ਜਿੱਥੇ ਆਪਣੇ ਸਕਿਨ ਦੇ ਉੱਤੇ ਤੁਸੀਂ ਦੇਖ ਸਕਦੇ ਮੇਰੇ ਪਿੰਪਲਸ ਅਤੇ ਮਾਰਕਸ ਆ, ਉਹਨਾਂ ਨੂੰ ਹਾਈਡ ਕਰਨੇ ਲਈ ਆਪਾਂ ਜਿਹੜਾ ਆਹ ਵਾਲਾ ਕਲਰ ਕਰੈਕਟਰ ਯੂਜ਼ ਕਰਾਂਗੇ। ਸੋ ਉਸੇ ਬ੍ਰੱਸ਼ ਨੂੰ ਉਲਟਾ ਲਿਆ ਸੀ ਅਤੇ ਉਹਦੇ ਨਾਲ ਜਿਹੜਾ ਆਪਾਂ ਅਪਲਾਈ ਕਰਾਂਗੇ। ਜਿੱਥੇ ਤੁਹਾਡੇ ਪਿੰਪਲ ਆ ਜਾਂ ਪਿੰਪਲ ਦੇ ਡਾਰਕ ਸਪੋਟਸ ਆ, ਉੱਥੇ ਤੁਸੀਂ ਇਹਨੂੰ ਅਪਲਾਈ ਕਰਨਾ। ਅਤੇ ਇਹਦੀ ਕਵਰੇਜ ਬਹੁਤ ਵਧੀਆ ਲੱਗੀ ਮੈਨੂੰ ਪੈਲਟ ਦੀ, ਮੈਂ ਫਸਟ ਟਾਈਮ ਹੀ ਯੂਜ਼ ਕੀਤਾ ਆ। ਅਤੇ ਇਹਦਾ ਪ੍ਰਾਈਜ਼ ਵੀ ਵਧੀਆ ਆ, ਮਤਲਬ ਇਹਦੇ ਨਾਲ ਤੁਹਾਡਾ ਬੇਸ ਵੀ ਰੈਡੀ ਹੋ ਜਾਂਦਾ ਆ, ਕਲਰ ਕਰੈਕਟਰ ਵੀ ਹੋ ਜਾਂਦਾ ਫੇਸ 'ਤੇ। ਫਿਰ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਮਰਜ ਕਰਨਾ ਆ, ਡੈਪ ਟੈਪ ਕਰਕੇ। ਬਿਊਟੀ ਬਲੈਂਡਰ ਤੁਹਾਡਾ ਜਿਹੜਾ ਬੈਟ ਹੋਣਾ ਚਾਹੀਦਾ ਆ, ਸੋ ਮੈਂ ਇਹ ਵਾਲਾ ਵਿੱਚੋਂ ਕੱਟ ਲਿਆ ਸੀ ਕਿਉਂਕਿ ਥੋੜ੍ਹਾ ਜਿਹਾ ਖਰਾਬ ਹੋਣ ਲੱਗ ਗਿਆ ਸਾਈਡ ਤੋਂ, ਇਸ ਕਰਕੇ ਮੈਨੂੰ ਸੈਂਟਰ 'ਚੋਂ ਜਿਹੜਾ ਬਿਊਟੀ ਬਲੈਂਡਰ ਨੂੰ ਕੱਟ ਲਿਆ ਸੀਗਾ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਣੀ ਸਕਿਨ ਦੇ ਵਿੱਚ ਮਰਜ ਕਰਾਂਗੇ। ਹੁਣ ਆਪਾਂ ਉਸੇ ਹੀ ਪੈਲਟ ਵਿੱਚੋਂ ਲਾਈਟ ਕਲਰ ਲੈ ਕੇ ਉਹਨੂੰ ਐਜ਼ ਆ ਕੰਸੀਲਰ ਯੂਜ਼ ਕਰਾਂਗੇ। ਜਿੱਥੇ ਜਿੱਥੇ ਆਪਣੇ ਆਪਾਂ ਕਲਰ ਕਰੈਕਟਰ ਲਗਾਇਆ ਸੀ ਉਹਦੇ ਉਹਦੇ ਉੱਤੇ ਆਪਾਂ ਜਿਹੜਾ ਇਹ ਅਪਲਾਈ ਕਰਾਂਗੇ, ਤਾਂ ਕਿ ਜਿਹੜਾ ਆਪਾਂ ਔਰੇਂਜ ਕਲਰ ਕਰੈਕਟਰ ਲਾਇਆ ਸੀ ਉਹਨੂੰ ਚੰਗੀ ਤਰ੍ਹਾਂ ਸੈਟਲ ਡਾਊਨ ਕਰ ਦਈਏ ਆਪਣੇ ਫੇਸ 'ਤੇ।
ਸੋ ਪਹਿਲਾਂ ਪਹਿਲਾਂ ਮੇਕਅਪ ਥੋੜ੍ਹਾ ਜਿਹਾ ਇੱਦਾਂ ਲੱਗਦਾ ਹੁੰਦਾ ਕਿ ਵਾਈਟ ਆ ਲਾਈਟ ਆ, ਬਟ ਜਿੱਦਾਂ ਜਿੱਦਾਂ ਮੇਕਅਪ ਹੁੰਦਾ ਰਹਿੰਦਾ ਉੱਦਾਂ ਉੱਦਾਂ ਤੁਹਾਡੀ ਸਕਿਨ ਦੇ ਵਿੱਚ ਜਿਹੜਾ ਮੇਕਅਪ ਡਿਜ਼ੋਲਵ ਹੁੰਦਾ ਰਹਿੰਦਾ ਆ। ਸੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਅਪਲਾਈ ਕਰਕੇ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਇਹਨੂੰ ਆਪਾਂ ਮਰਜ ਕਰਾਂਗੇ। ਕਵਰੇਜ ਬਹੁਤ ਆ, ਬਲੈਂਡਿੰਗ ਬਹੁਤ ਵਧੀਆ ਹੁੰਦੀ ਆ। ਬਾਕੀ ਤੁਸੀਂ ਦੇਖ ਹੀ ਰਹੇ ਹਾਂ ਵੀ ਕਿੰਨਾ ਵਧੀਆ ਇਹਦੇ ਨਾਲ ਮੇਕਅਪ ਹੋ ਰਿਹਾ ਆ। ਸੋ ਨੈਕਸਟ ਆਪਾਂ ਕੀ ਕਰਾਂਗੇ, ਇਸ ਹੀ ਪੈਲਟ ਵਿੱਚੋਂ ਜਿਹੜਾ ਆ ਦੋ ਕਲਰ ਆਪਣੀ ਸ਼ੇਡ ਦੇ ਪਿੱਕ ਕਰਕੇ ਅਤੇ ਆਪਣੇ ਸਕਿਨ ਟੋਨ ਦਾ ਫਾਊਂਡੇਸ਼ਨ ਬਣਾ ਲਾਂਗੇ, ਮਤਲਬ ਇੱਕ ਬੇਸ ਰੈਡੀ ਕਰ ਲਾਂਗੇ। ਫਾਊਂਡੇਸ਼ਨ ਵੀ ਯੂਜ਼ ਕਰਾਂਗੇ ਬਟ ਇੱਕ ਨੀਚੇ ਬੇਸ ਜਿਹੜਾ ਰੈਡੀ ਕਰਦੇ ਹੁੰਦੇ ਉਹ ਆਪਾਂ ਇਸੇ ਪੈਲਟ ਵਿੱਚੋਂ ਬੇਸ ਵੀ ਅੱਜ ਰੈਡੀ ਕਰਾਂਗੇ। ਸੋ ਦੋ ਕਲਰ ਜਿਹੜੇ ਮੈਂ ਮਿਕਸ ਕਰ ਲਏ। ਸੋ ਮੈਂ ਥੋੜ੍ਹਾ ਜਿਹਾ ਕਨਫਿਊਜ਼ ਹੋ ਗਈ ਸੀ ਕਿਹੜਾ ਕਿਹੜਾ ਕਲਰ ਲੈ ਕੇ ਮਿਕਸ ਕਰਾਂ। ਸੋ ਮੈਨੂੰ ਲੱਗਾ ਆਹ ਦੋ ਕਲਰ ਲੈ ਕੇ ਜਿਹੜਾ ਮੇਰਾ ਸ਼ੇਡ ਬਣ ਜੂਗਾ। ਸੋ ਥੋੜ੍ਹਾ ਜਿਹਾ ਲਾਈਟ ਹੈ ਕਿਉਂਕਿ ਆਪਾਂ ਬੇਸ ਰੈਡੀ ਕਰ ਰਹੇ, ਇਸ ਤੋਂ ਬਾਅਦ ਆਪਾਂ ਫਾਊਂਡੇਸ਼ਨ ਵੀ ਲਗਾਉਣਾ ਆ। ਸੋ ਮੈਂ ਹੈਲਪ ਆਪਣੇ ਹੱਥ ਦੀ ਹੈਲਪ ਦੇ ਨਾਲ ਹੀ, ਜਿਹੜਾ ਫਿੰਗਰ ਦੀ ਹੈਲਪ ਦੇ ਨਾਲ ਹੀ ਅਪਲਾਈ ਕਰ ਲਿਆ। ਨਵੇਂ ਨਵੇਂ ਐਕਸਪੈਰੀਮੈਂਟ ਕਰਨੇ ਚਾਹੀਦੇ ਆ, ਜਿਹੜੀ ਜਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਲੈਣੀ ਚਾਹੀਦੀ ਹੈ ਤੁਸੀਂ ਇਨਵੈਸਟ ਕਰ ਸਕਦੇ ਆ ਉਹ ਚੀਜ਼ ਤੁਸੀਂ। ਸੋ ਪੂਰੇ ਫੇਸ 'ਤੇ ਆਪਾਂ ਇਹਨੂੰ ਅਪਲਾਈ ਕਰ ਲੈਣਾ ਅਤੇ ਉਸੇ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਡੈਬ ਡੈਬ ਕਰਕੇ ਆਪਣੀ ਸਕਿਨ ਦੇ ਵਿੱਚ ਮਰਜ ਕਰ ਦੇਣਾ। ਤੁਸੀਂ ਹੌਲੀ ਹੌਲੀ ਦੇਖਦੇ ਜਾਇਓ ਵੀ ਕਿੰਨਾ ਸੋਹਣਾ ਆਪਣਾ ਬੇਸ ਰੈਡੀ ਹੋ ਜਾਣਾ। ਸੋ ਹੁਣ ਆਪਣੀ ਸਕਿਨ ਦੇ ਉੱਤੇ ਆਪਾਂ ਜਿਹੜਾ ਫਾਊਂਡੇਸ਼ਨ ਲਗਾ ਸਕਦੇ ਹਾਂ, ਫਾਊਂਡੇਸ਼ਨ ਹੈ ਜਿਹੜਾ ਮੈਂ ਤੁਹਾਨੂੰ ਪਤਾ ਆ ਕਿਹੜਾ ਯੂਜ਼ ਕਰਦੀ ਹਾਂ। ਸੋ ਮੈਂ ਇੱਥੇ ਤੁਹਾਨੂੰ ਇੱਕ ਵਾਰੀ ਸ਼ੋਅ ਵੀ ਕਰ ਦੂੰਗੀ। ਬਾਕੀ ਮੈਂ ਬਹੁਤ ਵਾਰੀ ਵੀਡੀਓਜ਼ ਦੇ ਵਿੱਚ ਪ੍ਰੋਡਕਟ ਡਿਟੇਲ ਤੁਹਾਨੂੰ ਦਿੱਤੀ ਹੋਈ ਹੈ, ਜੇ ਫਿਰ ਵੀ ਨਹੀਂ ਕਿਸੇ ਨੂੰ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹਾਂ, ਮੈਂ ਤੁਹਾਨੂੰ ਉਹਦੇ 'ਚ ਵੀ ਦੱਸ ਸਕਦੀ ਹਾਂ, ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹਾਂ। ਬਾਕੀ ਮੈਂ ਇੱਕ ਸਪੈਸ਼ਲ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਸਾਰੇ ਪ੍ਰੋਡਕਟਾਂ ਦੀ ਡਿਟੇਲ ਦਿੱਤੀ ਸੀ, ਸਾਰੇ ਪ੍ਰੋਡਕਟ ਦੱਸੇ ਸੀਗੇ ਵੀ ਮੈਂ ਕਿਹੜਾ ਕਿਹੜਾ ਪ੍ਰੋਡਕਟ ਯੂਜ਼ ਕਰਦੀ ਹਾਂ। ਸੋ ਆਪਣਾ ਬੇਸ ਰੈਡੀ ਹੋ ਗਿਆ, ਹੁਣ ਆਪਾਂ ਫੇਸ ਦੇ ਉੱਤੇ ਜਿਹੜਾ ਆਪਣਾ ਫਾਊਂਡੇਸ਼ਨ ਅਪਲਾਈ ਕਰਾਂਗੇ। ਸੋ ਮੈਂ ਫਿਟਮੀ ਦਾ ਯੂਜ਼ ਕਰਦੀ ਹਾਂ 128 ਸ਼ੇਡ, ਹਰ ਇੱਕ ਬੰਦੇ ਦੀ ਡਿਫਰੈਂਟ ਸ਼ੇਡ ਹੁੰਦੀ ਹੈ। ਸੋ ਜਿਹੜੀ ਸ਼ੇਡ ਤੁਹਾਨੂੰ ਲੱਗਦੀ ਹੈ ਵੀ ਤੁਹਾਡੀ, ਤੁਸੀਂ ਉਸ ਅਕੋਰਡਿੰਗ ਜਿਹੜਾ ਲੈ ਸਕਦੇ ਹਾਂ। ਸੋ ਇਹਨੂੰ ਪਹਿਲਾਂ ਆਪਾਂ ਐਕਟੀਵੇਟ ਕਰਨਾ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਐਕਟੀਵੇਟ ਕਰ ਲਿਆ ਅਤੇ ਹੁਣ ਆਪਾਂ ਇਹਨੂੰ ਬ੍ਰੱਸ਼ ਦੀ ਹੈਲਪ ਦੇ ਨਾਲ ਜਿਹੜਾ ਆ ਲਗਾਵਾਂਗੇ ਫੇਸ 'ਤੇ। ਬ੍ਰੱਸ਼ ਦੇ ਨਾਲ ਵੀ ਵਧੀਆ ਅਪਲਾਈ ਹੋ ਜਾਂਦਾ ਫਾਊਂਡੇਸ਼ਨ, ਜੇਕਰ ਤੁਸੀਂ ਬਿਊਟੀ ਬਲੈਂਡਰ ਨਾਲ ਮਰਜ਼ ਕਰਨਾ ਉਹ ਵੀ ਕਰ ਸਕਦੇ ਆ, ਜੇ ਬ੍ਰੱਸ਼ ਦੀ ਹੈਲਪ ਨਾਲ ਕਰਨਾ ਉਹ ਵੀ ਕਰ ਸਕਦੇ ਆ। ਸੋ ਨੈਕ 'ਤੇ ਵੀ ਅਪਲਾਈ ਕਰ ਲਾਂਗੇ। ਨੈਕ 'ਤੇ ਅਪਲਾਈ ਕਰਨਾ ਵੀ ਜ਼ਰੂਰੀ ਹੈ, ਪਰ ਜਦੋਂ ਮੈਂ ਸਿਰਫ ਤੁਹਾਨੂੰ ਦਿਖਾਉਣ ਲਈ ਕਰਦੀ ਹੁੰਦੀ ਹਾਂ ਆਪਣਾ ਮੇਕਅਪ ਟਟੋਰੀਆ ਤਾਂ ਮੈਂ ਨੈਕ 'ਤੇ ਨਹੀਂ ਲਗਾਉਂਦੀ, ਵੈਸੇ ਨੈਕ 'ਤੇ ਲਗਾਉਣਾ ਜ਼ਰੂਰੀ ਹੈ। ਸੋ ਕਈ ਵੇਲੇ ਕਮੈਂਟ ਵੀ ਆ ਜਾਂਦਾ ਵੀ ਤੁਹਾਡੀ ਨੈਕ ਡਿਫਰੈਂਟ ਲੱਗ ਰਹੀ ਆ, ਮੈਂ ਵੈਸੇ ਹੀ ਤੁਹਾਨੂੰ ਦਿਖਾਉਣ ਦੀ ਮਾਰੀ ਕਰਦੀ ਹੁੰਦੀ ਹਾਂ ਮੇਕਅਪ, ਵੈਸੇ ਮੈਂ ਨਹੀਂ ਫਿਰ ਇੱਦਾਂ ਹੁੰਦਾ ਵੀ ਨੈਕ 'ਤੇ ਕੀ ਅਪਲਾਈ ਕਰਨਾ ਹੈ ਨਾ, ਬਟ ਜ਼ਰੂਰੀ ਹੁੰਦਾ। ਸੋ ਪਹਿਲਾਂ ਮੈਂ ਬ੍ਰੱਸ਼ ਦੇ ਨਾਲ ਲਗਾਇਆ, ਅਪਲਾਈ ਕੀਤਾ, ਉਸ ਤੋਂ ਬਾਅਦ ਮੈਂ ਜਿਹੜਾ ਬਿਊਟੀ ਬਲੈਂਡਰ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਜਿਹੜਾ ਮਰਜ ਕੀਤਾ। ਅਜੇ ਵਾਈਟ ਵਾਈਟ ਲੱਗਦਾ ਹੋਊਗਾ ਬਟ ਹੌਲੀ ਹੌਲੀ ਜਿਹੜਾ ਆਪਣਾ ਸਕਿਨ ਟੋਨ ਦੇ ਅਕੋਰਡਿੰਗ ਹੀ ਆਪਣਾ
ਫਾਊਂਡੇਸ਼ਨ ਬਣ ਜਾਊਗਾ। ਵਿੱਚੇ ਤਕਦੀਰ ਘੁੰਮੀ ਗਈ ਇੱਧਰ ਉੱਧਰ, ਵਿੱਚੇ ਮਹਿਕ ਦੀ ਪਾਈ ਗਈ। ਤਕਦੀਰ ਦੇ ਬਾਲ ਦੇਖੋ ਕਿੱਦਾਂ ਖਿਲਰੇ ਪਏ ਵਿਚਾਰੀ ਦੇ। ਵੈਸੇ ਰਾਤ ਨੂੰ ਲੂਜ਼ ਕਰ ਦਿੰਦੇ ਇਹਦੀਆਂ ਰਬੜਸ ਆਪਾਂ, ਕਿਉਂਕਿ ਰਾਤ ਨੂੰ ਫਿਰ ਬਾਲ ਖਿੱਚੇ ਖਿੱਚੇ ਰਹਿੰਦੇ ਆ। ਸੋ ਉਸ ਤੋਂ ਬਾਅਦ ਆਪਾਂ ਸਵਿਸ ਬਿਊਟੀ ਦਾ ਜਿਹੜਾ ਕੰਸੀਲਰ ਯੂਜ਼ ਕਰਾਂਗੇ, ਇਹ ਵੀ ਮੈਂ ਨਵਾਂ ਮੰਗਾਇਆ ਆ, ਰੀਸੈਂਟਲੀ ਮੰਗਾਇਆ ਸੀਗਾ। ਪਹਿਲਾਂ ਮੇਰੇ ਕੋਲ ਓਰੀਫਲੇਮ ਦਾ ਸੀਗਾ ਅਤੇ ਹੁਣ ਮੈਂ ਇਹ ਵਾਲਾ ਮੰਗਾਇਆ। ਸੋ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। ਇਹਦਾ ਵੀ ਕਵਰੇਜ ਬਹੁਤ ਵਧੀਆ ਆ, ਇਹਦਾ ਵੀ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਾ। ਸੋ ਆਪਾਂ ਆਈਜ਼ ਦੇ ਨੀਚੇ ਲਗਾ ਲਾਂਗੇ, ਜਿੱਥੇ ਜਿੱਥੇ ਆਪਾਂ ਏਰੀਆਜ਼ ਹਾਈਲਾਈਟ ਕਰਨੇ ਉੱਥੇ ਉੱਥੇ ਆਪਾਂ ਜਿਹੜਾ ਕੰਸੀਲਰ ਲਗਾ ਲਾਂਗੇ। ਨੋਜ਼ 'ਤੇ, ਚਿਨ 'ਤੇ, ਚੀਕਸ 'ਤੇ, ਫੋਰਹੈਡ 'ਤੇ। ਹੁਣ ਆਪਾਂ ਉਸੇ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਇਹਨੂੰ ਟੈਪ ਟੈਪ ਕਰਕੇ ਮਰਜ ਕਰਾਂਗੇ। ਆਈਜ਼ ਦੇ ਨੀਚੇ ਚੰਗੀ ਤਰ੍ਹਾਂ ਕਰ ਲਓ ਮਾਰਜ, ਟੈਪ ਟੈਪ ਕਰਕੇ ਦੂਸਰੀ ਆਈਜ਼ ਦੇ ਨੀਚੇ ਵੀ। ਬੇਸ ਆਪਣਾ ਆਲਮੋਸਟ ਜਿਹੜਾ ਰੈਡੀ ਹੋ ਚੁੱਕਾ, ਇੱਥੇ ਬਡੀ ਵੀ ਆ ਗਿਆ ਸੀ, ਫਿਰ ਬਡੀ ਨੂੰ ਬਾਹਰ ਕੱਢਿਆ। ਤਕਦੀਰ ਵੀ ਮਗਰ ਚੱਲ ਗਈ ਬਡੀ ਦੇ ਕੇ, ਮੈਂ ਵੀ ਨਾਲੇ ਹੀ ਜਾਣਾ। ਸੋ ਬਹੁਤ ਇਹਨਾਂ ਨੇ ਪਿੱਛੇ ਮੈਨੂੰ ਡਿਸਟਰਬ ਕੀਤਾ, ਪਰ ਚਲੋ ਕੋਈ ਗੱਲ ਨਹੀਂ। ਹੁਣ ਆਪਾਂ ਆਈਜ਼ ਦੇ ਉੱਤੇ ਕੰਸੀਲਰ ਲਗਾਵਾਂਗੇ। ਅੱਗੇ ਮੈਂ ਮੋਸਟਲੀ ਜਿਹੜਾ ਆ ਆਈਜ਼ ਦਾ ਮੇਕਅਪ ਪਹਿਲਾਂ ਕਰਦੀ ਹੁੰਦੀ ਹਾਂ, ਬਟ ਆਪਾਂ ਜਿਹੜਾ ਅੱਜ ਆਈਜ਼ ਦਾ ਮੇਕਅਪ ਬਾਅਦ 'ਚ ਕੀਤਾ, ਕਿਉਂਕਿ ਮੈਂ ਬਹੁਤ ਜ਼ਿਆਦਾ ਡਾਰਕ ਨਹੀਂ ਸੀ ਕਰਨਾ, ਲਾਈਟ ਜਿਹਾ ਹੀ ਕਰਨਾ ਸੀ। ਸੋ ਸੋਚਿਆ ਬਾਅਦ ਵਿੱਚ ਕਰ ਲਾਂਗੇ। ਸੋ ਇਹਨੂੰ ਫਾਊਂਡੇਸ਼ਨ ਸੋਰੀ ਕੰਸੀਲਰ ਲਗਾ ਕੇ ਚੰਗੀ ਤਰ੍ਹਾਂ ਮਰਜ ਕਰ ਦਿੱਤਾ। ਇੱਥੇ ਪਤਾ ਨਹੀਂ ਮੈਂ ਕੀ ਇਹਨਾਂ ਨਾਲ ਗੱਲਾਂ ਕਰੀ ਜਾਂਦੀ ਸੀ ਵਿੱਚੇ। ਸੋ ਹੁਣ ਆਪਾਂ ਇੱਥੇ ਲੂਜ਼ ਪਾਊਡਰ ਲਵਾਂਗੇ। ਲੂਜ਼ ਪਾਊਡਰ ਨੂੰ ਜਿਹੜਾ ਲੈ ਕੇ ਆਪਾਂ ਆਈਜ਼ 'ਤੇ ਸੈੱਟ ਕਰਾਂਗੇ ਅਤੇ ਪੂਰੇ ਫੇਸ ਨੂੰ ਸੈੱਟ ਕਰਾਂਗੇ, ਜਿੱਥੇ ਜਿੱਥੇ ਆਪਾਂ ਕੰਸੀਲਰ ਲਗਾਇਆ ਸੀਗਾ, ਬੇਸ ਲਗਾਇਆ ਸੀ, ਤਾਂ ਕਿ ਜਿਹੜਾ ਆਪਣਾ ਬੇਸ ਆ। ਸੋ ਹੁਣ ਆਪਾਂ ਜਿਹੜਾ ਪਾਊਡਰ ਦੇ ਨਾਲ ਚੰਗੀ ਤਰ੍ਹਾਂ ਆਪਣੇ ਮੇਕਅਪ ਨੂੰ ਲੌਕ ਕਰ ਲਾਂਗੇ। ਜਿਹਨਾਂ ਦੀ ਡਰਾਈ ਸਕਿੰਨ ਆ ਉਹ ਥੋੜ੍ਹਾ ਜਿਹਾ ਘੱਟ ਅਪਲਾਈ ਕਰਨ, ਜਿਹਨਾਂ ਦੀ ਆਪਣੀ ਓਇਲੀ ਸਕਿੰਨ ਆ ਉਹ ਥੋੜ੍ਹਾ ਜਿਹਾ ਵੱਧ ਅਪਲਾਈ ਕਰਨ, ਕਿਉਂਕਿ ਥੋੜ੍ਹੇ ਕੁ ਟਾਈਮ ਬਾਅਦ ਜਿਹੜਾ ਓਇਲ ਨਿਕਲਣ ਲੱਗ ਜਾਂਦਾ। ਮੇਰੀ ਸਕਿੰਨ ਥੋੜ੍ਹੀ ਜਿਹੀ ਓਇਲੀ ਆ, ਜਿਵੇਂ ਜਿਵੇਂ ਟਾਈਮ ਹੁੰਦਾ ਜਾਂਦਾ ਉਵੇਂ ਉਵੇਂ ਮੇਰੀ ਸਕਿੰਨ 'ਚ ਜਿੱਦਾਂ ਓਇਲ ਨਿਕਲਣ ਲੱਗ ਜਾਂਦਾ। ਸੋ ਇਸ ਕਰਕੇ ਆਪਾਂ ਜਿਹੜਾ ਪਾਊਡਰ ਦੀ ਥੋੜ੍ਹੀ ਜਿਹੀ ਵੱਧ ਕੁਆਂਟਿਟੀ ਲਾਵਾਂਗੇ। ਹੁਣ ਆਪਾਂ ਜਿਹੜੀ ਇਸ ਪੈਲਟ ਦੇ ਵਿੱਚ ਉਹ ਆਪਣਾ ਆਈਜ਼ ਦਾ ਮੇਕਅਪ ਕਰਾਂਗੇ। ਆਈਜ਼ ਦੇ ਮੇਕਅਪ ਦੇ ਵਿੱਚ ਸਿਰਫ ਆਪਾਂ ਜਸਟ ਦੋ ਕਲਰ ਹੀ ਪਿੱਕ ਕੀਤੇ ਆ, ਇੱਕ ਬੇਸ ਅਤੇ ਦੂਸਰਾ ਬਰਾਊਨ ਕਲਰ। ਉਸ ਤੋਂ ਬਾਅਦ ਜਿਹੜਾ ਆਪਾਂ ਸ਼ਿਮਰ ਅਪਲਾਈ ਕੀਤਾ ਆ, ਸੋ ਲਾਈਟ ਲਾਈਟ ਆਪਾਂ ਜਿਹੜਾ ਅਪਲਾਈ ਕਰ ਦਾਂਗੇ ਅਤੇ ਸੋਫਟਲੀ ਹੱਥਾਂ ਦੇ ਨਾਲ ਜਿਹੜਾ ਆਪਾਂ ਇਹਨੂੰ ਅਪਲਾਈ ਕਰਾਂਗੇ ਦੋਨਾਂ ਆਈਜ਼ 'ਤੇ। ਮੈਂ ਇੱਦਾਂ ਨਹੀਂ ਵੀ ਪਹਿਲਾਂ ਇੱਕ ਆਈਜ਼ ਕਰ ਲਈ ਦੂਸਰੀ ਬਾਅਦ 'ਚ ਕਰਦੀ ਹਾਂ, ਦੋਨੇ ਆਈਜ਼ ਬਰਾਬਰ ਟਾਈਮ 'ਤੇ ਕਰਦੀ ਹਾਂ। ਸੋ ਸੇਮ ਟਾਈਮ ਹੀ ਕਰਦੀ ਹਾਂ। ਹੁਣ ਇੱਧਰਲੀ ਆਈਜ਼ 'ਤੇ ਅਪਲਾਈ ਕਰ ਲਿਆ, ਹੁਣ ਆਪਾਂ ਜਿਹੜਾ ਦੂਸਰੀ ਆਈਜ਼ 'ਤੇ ਅਪਲਾਈ ਕਰਾਂਗੇ।
ਸੋ ਦੋਨਾਂ ਇਸ 'ਤੇ ਆਪਾਂ ਹੁਣ ਚੰਗੀ ਤਰ੍ਹਾਂ ਜਿਹੜਾ ਇਹਨੂੰ ਅਪਲਾਈ ਕਰਕੇ ਬ੍ਰੱਸ਼ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਮਰਜ ਕਰਾਂਗੇ। ਸੋ ਹੁਣ ਆਪਾਂ ਇਸ ਤੋਂ ਬਾਅਦ ਜਦੋਂ ਆਪਾਂ ਨੂੰ ਲੱਗਾ ਵੀ ਹਾਂ ਬਲੈਂਡਿੰਗ ਹੋ ਗਈ ਹੈ, ਦੂਸਰਾ ਕਲਰ ਪਿੱਕ ਕਰਾਂਗੇ ਥੋੜ੍ਹਾ ਜਿਹਾ ਡਾਰਕ, ਸੋ ਇਹਨੂੰ ਆਪਾਂ ਜਿਹੜਾ ਆ ਆਊਟਰ ਕੋਰਨਰ ਤੋਂ ਇਨਰ ਕੋਰਨਰ ਦੇ ਵਿੱਚ ਅਪਲਾਈ ਕਰਾਂਗੇ, ਦੋਨਾਂ ਕਲਰ ਨੂੰ ਇੱਕ ਦੂਸਰੇ ਦੇ ਨਾਲ ਜਿਹੜਾ ਮਰਜ ਕਰ ਦਾਂਗੇ। ਸੋ ਹੁਣ ਜਿਹੜਾ ਆ ਆਪਾਂ ਬਸ ਇਹੀ ਦੋ ਕਲਰ ਲਏ ਸੀ, ਮੈਂ ਜ਼ਿਆਦਾ ਕਲਰ ਨਹੀਂ ਲਏ ਕਿਉਂਕਿ ਅੱਜ ਮੈਨੂੰ ਆਈਜ਼ ਦਾ ਥੋੜ੍ਹਾ ਜਿਹਾ ਆਪਾਂ ਨੋਰਮਲ ਜਿਹਾ ਹੀ ਰੱਖਣਾ ਆ, ਜ਼ਿਆਦਾ ਡਾਰਕ ਨਹੀਂ ਕਰਨਾ, ਵੈਸੇ ਵੀ ਮੈਨੂੰ ਡਾਰਕ ਪਸੰਦ ਨਹੀਂ ਹੈਗਾ। ਸੋ ਮੇਰਾ ਆਈਜ਼ ਦਾ ਤੁਸੀਂ ਆਲਵੇਜ਼ ਦੇਖਦੇ ਹਾਂ ਲਾਈਟ ਕਲਰ ਹੀ ਕੀਤਾ ਹੁੰਦਾ ਆ। ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਥਰਡ ਬ੍ਰੱਸ਼ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਜਿਹੜਾ ਫੈਲਾ ਦੇਣਾ ਉੱਪਰ ਤੱਕ, ਸੈਟਲ ਜਿਹਾ ਕਰ ਦੇਣਾ, ਮਤਲਬ ਇੱਦਾਂ ਨਾ ਲੱਗੇ ਉਪਰਾ ਜਿਹਾ ਲਾਇਆ ਹੋਇਆ ਹੈ ਕਲਰ ਕੋਈ। ਸੋ ਹੁਣ ਮੈਂ ਇੱਥੇ ਗੋਲਡਨ ਜਿਹੇ ਸ਼ੇਡ ਲੈ ਕੇ ਜਿਹੜਾ ਆਈਜ਼ 'ਤੇ ਆਪਣੇ ਸ਼ਿਮਰ ਅਪਲਾਈ ਕਰ ਦੇਣਾ, ਕਿਉਂਕਿ ਜਿਹੜਾ ਮੈਂ ਸੂਟ ਵੇਅਰ ਕਰਨਾ ਸੀ ਉਹ ਬਲੈਕ ਕਲਰ ਦਾ ਸੀਗਾ ਅਤੇ ਉਹਦੇ ਵਿੱਚ ਬਹੁਤ ਸਾਰੇ ਕਲਰ ਬਹੁਤ ਸਾਰੇ ਥਰੈਡ ਨਾਲ ਵਰਕ ਹੋਇਆ, ਸੋ ਇਸ ਕਰਕੇ ਆਪਾਂ ਉਸ ਅਕੋਰਡਿੰਗ ਹੀ ਜਿਹੜਾ ਆਪਣਾ ਆਈਜ਼ ਮੇਕਅਪ ਕਰਾਂਗੇ। ਸੋ ਇਹ ਮੈਂ ਹੈਲਪ ਆਪਣੇ ਫਿੰਗਰ ਦੀ ਹੈਲਪ ਦੇ ਨਾਲ ਹੀ ਅਪਲਾਈ ਕਰ ਦਿੱਤਾ। ਉਸ ਤੋਂ ਬਾਅਦ ਆਪਾਂ ਕਲਰ ਉਸੇ ਬ੍ਰੱਸ਼ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਦਾਂਗੇ, ਉਸੇ ਬ੍ਰੱਸ਼ ਨਾਲ ਜਿਹੜਾ ਸ਼ਿਮਰ ਵੀ ਲਾਇਆ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਦਾਂਗੇ। ਸੋ ਇੱਥੇ ਮੈਂ ਪਤਾ ਨਹੀਂ ਕੀ ਲੱਭ ਰਹੀ ਸੀ, ਅੱਜ ਮੇਰੇ ਨਾਲ ਬਹੁਤ ਜ਼ਿਆਦਾ ਟ੍ਰੈਜਡੀਆਂ ਹੋ ਰਹੀਆਂ ਸੀ, ਕਦੀ ਮੇਰਾ ਕੋਈ ਸਮਾਨ ਥੱਲੇ ਡਿੱਗ ਜਾਂਦਾ ਸੀ, ਕਦੀ ਮੇਰਾ ਕੋਈ ਸਮਾਨ ਥੱਲੇ ਡਿੱਗ ਜਾਂਦਾ ਸੀ, ਕਿਉਂਕਿ ਮੈਂ ਥੋੜ੍ਹੀ ਜਿਹੀ ਟਾਇਰਡ ਸੀ ਇਸ ਕਰਕੇ। ਪਰ ਮੈਂ ਸੋਚਿਆ ਮੇਕਅਪ ਟਟੋਰੀਅਲ ਕਰਨਾ ਤਾਂ ਜ਼ਰੂਰੀ ਹੈ, ਬਾਕੀ ਤੁਸੀਂ ਪਿਆਰ ਦਿੰਦੇ ਹੋ ਵਲੋਗਸ ਨੂੰ, ਥੈਂਕ ਯੂ ਸੋ ਮੱਚ, ਅਤੇ ਇੱਦਾਂ ਹੀ ਪਿਆਰ ਦਿੰਦੇ ਰਿਹਾ ਕਰੋ, ਇੱਦਾਂ ਵਲੋਗ ਦੇਖਦੇ ਰਹੋ ਆਪਣੇ। ਅਤੇ ਮੇਕਅਪ ਟਟੋਰੀਅਲ ਜਿਹੜਾ ਮੈਂ ਫਸਟ ਕੀਤਾ ਸੀ ਉਹਦੇ 'ਤੇ ਆਲਮੋਸਟ 42,000 ਵਿਊ ਹੋ ਚੁੱਕੇ ਆ, ਅਤੇ ਇਸ ਮੇਕਅਪ ਟਟੋਰੀਅਲ ਨੂੰ ਵੀ ਇੱਦਾਂ ਪਿਆਰ ਦਿਓ ਅਤੇ ਐਂਡ ਤੱਕ ਦੇਖਿਆ ਕਰੋ, ਪੂਰਾ ਪ੍ਰੋਪਰ ਦੇਖਿਆ ਕਰੋ, ਸਕਿੱਪ ਕਰ ਕਰਕੇ ਨਾ ਦੇਖਿਆ ਕਰੋ। ਸੋ ਜੇ ਤੁਸੀਂ ਸਕਿੱਪ ਕਰ ਕਰਕੇ ਦੇਖਾਂਗੇ ਤਾਂ ਤੁਹਾਨੂੰ ਕਈ ਪਾਰਟਸ ਨਹੀਂ ਵੀ ਪਤਾ ਲੱਗਣੇ, ਹੈ ਨਾ, ਆਪਾਂ ਕਿੱਦਾਂ ਕੀਤੇ ਆ। ਸੋ ਚੰਗੀ ਤਰ੍ਹਾਂ ਇਹਨੂੰ ਪੂਰਾ ਹੀ ਐਂਡ ਤੱਕ ਦੇਖਿਆ ਕਰੋ, ਜਿਹੜਾ ਜੇ ਆਪਾਂ ਲਾਈਨਰ ਲਾਉਣਾ ਵਿੰਗ ਨਹੀਂ ਲਾਉਣਾ, ਆਪਾਂ ਜਸਟ ਐਂਡ ਤੱਕ ਹੀ ਲਾਈਨਰ ਲਾਉਣਾ ਆ, ਪੂਰਾ ਵਿੰਗ ਨਹੀਂ ਬਣਾਉਣਾ ਹੈਗਾ, ਸ਼ੋਰਟ ਲਾਈਨਰ ਹੀ ਲਾਉਣਾ ਅੱਜ, ਕਿਉਂਕਿ ਮੈਨੂੰ ਸੀਗਾ ਵੀ ਆਪਾਂ ਲਾਈਨਰ ਨੋਰਮਲ ਰੱਖੀਏ, ਆਲਵੇਜ਼ ਆਪਾਂ ਜਿਹੜਾ ਵਿੰਗ ਲਾਈਨਰ ਹੀ ਕ੍ਰੀਏਟ ਕਰਦੇ ਹਾਂ। ਸੋ ਮੈਂ ਰੈਂਡਮ ਹੀ ਉੱਦਾਂ ਹੀ ਲਗਾ ਲਿਆ, ਕੋਈ ਇੱਦਾਂ ਨਹੀਂ ਗਾ ਕੋਈ ਪ੍ਰੋਪਰ ਚੰਗੀ ਤਰ੍ਹਾਂ ਲਗਾਇਆ, ਬਸ ਰੈਂਡਮ ਜਿਹੜਾ ਆ ਆਪਣਾ ਲਾਈਨਰ ਪਿੱਕ ਕਰਕੇ ਉਵੇਂ ਹੀ ਆਈਜ਼ ਦੇ ਉੱਤੇ ਅਪਲਾਈ ਕਰ ਲਿਆ। ਸੋ ਇੱਥੇ ਤੱਕ ਹੀ ਜਿਹੜਾ ਆਪਾਂ ਲਾਈਨਰ ਲਗਾਉਣਾ ਆ। ਮੇਰੇ ਕੋਲ ਮਿਰਰ ਨਹੀਂ ਸੀਗਾ, ਸੋ ਮੈਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ ਲਾਈਨਰ ਲਗਾਉਣ 'ਚ, ਜਦੋਂ ਆਪਾਂ ਲਾਈਨਰ ਲਗਾਉਣਾ ਆ ਸੋ ਮੈਨੂੰ ਹੁੰਦਾ ਥੋੜ੍ਹਾ ਜਿਹਾ ਮਿਰਰ ਆਪਣੇ ਕੋਲ ਹੋਵੇ ਬੰਦਾ ਉਸ ਹਿਸਾਬ ਨਾਲ ਜਿਹੜਾ ਲਾਈਨਰ ਲਗਾ ਦਿੰਦਾ। ਸੋ ਦੋਨਾਂ ਇਸ 'ਤੇ ਜਿਹੜਾ ਆਪਾਂ ਲਾਈਨਰ ਅਪਲਾਈ ਕਰ ਦਿੱਤਾ ਸੀ। ਸੋ ਥੋੜ੍ਹਾ ਬਹੁਤ ਜੇ ਮੈਨੂੰ ਲੱਗਾ ਵੀ ਕਿਤੋਂ ਹੈਗਾ ਆ ਤਾਂ ਆਪਾਂ ਦੁਬਾਰਾ ਸੈੱਟ ਕਰ ਲਾਂਗੇ, ਬਟ ਫਿਲਹਾਲ ਲਈ ਜਿਹੜਾ ਆਪਾਂ ਲਾਈਨਰ ਲਗਾ ਲਿਆ ਸੀ। ਇੱਥੇ ਫਿਰ ਮੇਰਾ ਕੋਈ ਸਮਾਨ ਥੱਲੇ ਡਿੱਗ ਗਿਆ ਸੀ।
ਸੋ ਮੈਂ ਥੋੜ੍ਹਾ ਜਿਹਾ ਲੱਗਾ ਵੀ ਬਰਾਊਨ ਕਲਰ ਲੈ ਕੇ ਆਈਜ਼ ਦੇ ਨੀਚੇ ਵੀ ਅਪਲਾਈ ਕਰਦਾ। ਸੋ ਮੈਂ ਬਰਾਊਨ ਕਲਰ ਲੈ ਕੇ ਨੀਚੇ ਆਈਲੈਟ 'ਤੇ ਵੀ ਜਿਹੜਾ ਅਪਲਾਈ ਕਰ ਦਿੱਤਾ ਸੀ। ਹੁਣ ਨੈਕਸਟ ਆਪਾਂ ਜਿਹੜਾ ਆ ਲਗਾਵਾਂਗੇ ਆਪਣਾ ਆਈਬ੍ਰੋ ਸੈੱਟ ਕਰਾਂਗੇ ਉਸੇ ਹੀ ਆਈਬ੍ਰੋ ਪੈਲਟ ਦੇ ਵਿੱਚੋਂ ਜਿਹਦੇ 'ਚ ਮੈਂ ਲਾਈਨਰ ਲਗਾਇਆ ਸੀ, ਉਹਦੇ 'ਚੋਂ ਹੀ ਮੈਂ ਆਲਵੇਜ਼ ਜਿਹੜੀ ਆਪਣੇ ਆਈਬ੍ਰੋ ਫਿਲ ਕਰਦੀ ਹਾਂ। ਇਹਦੇ ਵਿੱਚ ਇੱਕ ਛੋਟਾ ਜਿਹਾ ਮਿਰਰ ਆ, ਛੋਟੂ ਜਿਹਾ, ਉਹਦੇ ਵਿੱਚ ਦੇਖ ਕੇ ਜਿਹੜੀਆਂ ਆਪਾਂ ਆਪਣੇ ਆਈਬ੍ਰੋ, ਮੇਰੇ ਆਈਬ੍ਰੋ ਬਹੁਤ ਜ਼ਿਆਦਾ ਥਿਨ ਆ ਸੋ ਮੈਨੂੰ ਹੁੰਦਾ ਥੋੜ੍ਹੇ ਜਿਹਾ ਥਿੱਕ ਰੱਖਾਂ, ਸੋ ਆਪਾਂ ਉਸ ਅਕੋਰਡਿੰਗ ਜਿਹੜਾ ਆਪਣਾ ਆਈਬ੍ਰੋ ਨੂੰ ਸੈੱਟ ਕਰ ਲਵਾਂਗੇ। ਅਤੇ ਆਪਣੇ ਦੋਨਾਂ ਇਸ ਆਈਬ੍ਰੋ ਦੇ ਵਿੱਚ ਇੱਕ ਆਈਬ੍ਰੋ 'ਚ ਫਰਕ ਹੁੰਦਾ ਆ ਥੋੜ੍ਹਾ ਜਿਹਾ, ਸੋ ਉਹ ਆਪਾਂ ਜਿਹੜਾ ਆ ਇਹਦੇ ਨਾਲ ਸੈੱਟ ਕਰ ਲਵਾਂਗੇ। ਸੋ ਦੇਖੋ ਆਈਬ੍ਰੋ ਬਣਾਉਣ ਦੇ ਨਾਲ ਹੀ ਕਿੰਨੀ ਲੁੱਕ ਚੇਂਜ ਹੋ ਗਈ ਮੇਕਅਪ ਦੀ। ਬਾਕੀ ਓਰੀਜਨਲ ਵਿੱਚ ਮੇਕਅਪ ਇੱਦਾਂ ਦਾ ਹੀ ਲੱਗਦਾ ਹੁੰਦਾ ਆ, ਬਾਕੀ ਫਿਲਟਰ ਲਾ ਕੇ ਤਾਂ ਇੰਸਟਾਗ੍ਰਾਮ 'ਤੇ ਬਹੁਤ ਇੱਦਾਂ ਲੱਗਦਾ ਹੁੰਦਾ ਵੀ ਆਪਣਾ ਬੇਸ ਕਿੰਨਾ ਉਹ ਆ, ਜਿੱਦਾਂ ਦਾ ਆਪਣਾ ਸਕਿਨ ਦਾ ਟੈਕਸਚਰ ਆ ਮੇਕਅਪ ਉੱਦਾਂ ਦਾ ਹੀ ਲੱਗਦਾ ਆ। ਅਤੇ ਮੈਂ ਵੀਡੀਓ ਪਾਈ ਹੋਣੀ, ਤੁਸੀਂ ਉਹਦੇ 'ਚ ਦੇਖ ਲਿਓ ਮੇਕਅਪ ਦਾ ਫਰਕ, ਅਤੇ ਇੱਥੇ ਤੁਸੀਂ ਮੇਕਅਪ ਦਾ ਫਰਕ ਦੇਖ ਲਿਓ ਕਿੰਨਾ ਆ। ਇੱਥੇ ਜਿਹੜੀ ਮੇਰੀ ਰੀਅਲ ਸਕਿਨ ਟੈਕਸਚਰ ਹੈ ਉਹੀ ਤੁਹਾਨੂੰ ਦਿਖੂਗਾ, ਅਤੇ ਇੰਸਟਾਗ੍ਰਾਮ 'ਤੇ ਆਪਾਂ ਫਿਲਟਰ ਲਾ ਦਿੰਦੇ ਹਾਂ ਅਤੇ ਉਹ ਫਿਲਟਰ ਵਾਲਾ ਹੀ ਹਿਸਾਬ ਕਿਤਾਬ ਹੁੰਦਾ ਵੀ ਫਿਲਟਰ 'ਚ ਐਂ ਲੱਗਦਾ ਵੀ ਮੇਕਅਪ ਕਿੰਨਾ ਕਲੀਅਰ ਹੋਇਆ ਆ, ਬਟ ਜਿੱਦਾਂ ਦਾ ਸਕਿਨ ਟੈਕਸਚਰ ਹੁੰਦਾ ਆ ਆਪਣਾ ਮੇਕਅਪ ਉਹੋ ਜਿਹਾ ਹੀ ਹੁੰਦਾ ਆ। ਸੋ ਮੈਂ ਇੱਥੇ ਸਪੂਲੀ ਲੱਭ ਰਹੀ ਸੀ ਜਿਹਦੇ ਨਾਲ ਮੈਂ ਆਪਣੇ ਆਈਬ੍ਰੋ ਸੈੱਟ ਕਰਾਂ, ਬਟ ਉਹ ਮੈਨੂੰ ਨਹੀਂ ਲੱਭੀ, ਪਤਾ ਨਹੀਂ ਕਿੱਥੇ ਰੱਖ ਦਿੱਤੀ। ਤਕਦੀਰ ਮੇਕਅਪ ਦਾ ਸਮਾਨ ਇੱਧਰ ਉੱਧਰ ਕਰ ਦਿੰਦੀ, ਕਿਉਂਕਿ ਜਦੋਂ ਮੈਂ ਮੇਕਅਪ ਕਰਦੀ ਹਾਂ ਸਮਾਨ ਖੋਲ੍ਹਿਆ ਹੁੰਦਾ ਤਾਂ ਉਹ ਸਮਾਨ ਚੱਕ ਕੇ ਕੋਈ ਕਿਤੇ ਸੈੱਟ ਦਿੰਦੀ ਕੋਈ ਕਿਤੇ ਸੈੱਟ ਦਿੰਦੀ ਆ। ਸੋ ਜਿਹੜੀਆਂ ਮਦਰਸ ਹੋਣਗੀਆਂ ਉਹ ਤਾਂ ਇਸ ਚੀਜ਼ ਨੂੰ ਰਿਲਾਈਜ਼ ਕਰ ਸਕਦੇ ਆ ਕਿ ਬੱਚੇ ਕਿੰਨਾ ਤੰਗ ਕਰਦੇ ਜਦੋਂ ਤੁਸੀਂ ਮੇਕਅਪ ਕਰਦੇ ਹੋਵਾਂਗੇ। ਸੋ ਮੈਨੂੰ ਇੱਥੇ ਮੈਂ ਬਹੁਤ ਟਾਈਮ ਲੱਭਦੀ ਗਈ ਬਟ ਮੈਨੂੰ ਉਹ ਨਹੀਂ ਲੱਭੀ। ਫਿਰ ਮੈਂ ਇੱਦਾਂ ਹੀ ਜਿੰਨਾ ਕੁ ਆਈਬ੍ਰੋਜ਼ ਮੇਰੇ ਤੋਂ ਸੈੱਟ ਹੋਇਆ ਉਨਾ ਕੁ ਮੈਂ ਇੱਦਾਂ ਹੀ ਸੈੱਟ ਕਰ ਲਿਆ। ਸੋ ਥੋੜ੍ਹੇ ਜਿਹੇ ਮੈਨੂੰ ਚੱਕਵੇਂ ਜਿਹੇ ਪਸੰਦ ਆ, ਸੋ ਆਪਾਂ ਉਸ ਅਕੋਰਡਿੰਗ ਉਹਨਾਂ ਨੂੰ ਬਣਾ ਲਿਆ। ਹੁਣ ਆਪਾਂ ਇਸ ਹੀ ਪੈਲਟ ਦੇ ਵਿੱਚੋਂ ਜਿਹੜਾ ਆਪਣਾ ਕੰਟੂਰ ਲਵਾਂਗੇ। ਵੈਸੇ ਮੈਂ ਆਲਵੇਜ਼ ਅੱਗੇ ਯੂਜ਼ ਕਰਦੀ ਸੀਗੀ ਪਾਊਡਰ ਫੋਰਮ ਦੇ ਵਿੱਚ, ਅੱਜ ਮੈਨੂੰ ਲੱਗਾ ਕਿ ਆਪਾਂ ਇਸੇ ਪੈਲਟ 'ਚੋਂ ਟਰਾਈ ਕਰਕੇ ਦੇਖਦੇ ਹਾਂ, ਕਿਉਂਕਿ ਜਿਨ੍ਹਾਂ ਦੀ ਸਕਿਨ ਆਲਰੇਡੀ ਡਰਾਈ ਹੁੰਦੀ ਆ ਉਹਨਾਂ ਦੇ ਲਈ ਇਹ ਮੈਂ ਜਿਹੜਾ ਕਰ ਰਹੀ ਹਾਂ। ਸੋ ਆਪਾਂ ਬ੍ਰੱਸ਼ ਦੀ ਹੈਲਪ ਦੇ ਨਾਲ ਜਿਹੜਾ ਕੰਟੂਰ ਲਗਾ ਲਵਾਂਗੇ, ਚੀਕਸ 'ਤੇ ਲਗਾ ਲਵਾਂਗੇ, ਨੋਜ਼ 'ਤੇ ਲਗਾ ਲਵਾਂਗੇ, ਚਿੰਨ 'ਤੇ ਲਗਾ ਲਵਾਂਗੇ ਜਿੱਥੋਂ ਆਪਾਂ ਫੈਟ ਫੈਟ ਲੱਗਦਾ ਆਪਾਂ ਨੂੰ ਫੇਸ ਆਪਣਾ, ਉੱਥੇ ਉੱਥੇ ਆਪਾਂ ਜਿਹੜਾ ਕੰਟੂਰ ਲਗਾ ਲਵਾਂਗੇ। ਸੋ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਉਦੋਂ ਪਿੰਪਲਸ ਜ਼ਰੂਰ ਹੁੰਦੇ ਆ, ਮੇਰੇ ਵੀ ਪਿੰਪਲ ਹੋਇਆ ਸੀ। ਸੋ ਜਿਹੜਾ ਪਾਊਡਰ ਲਗਾਇਆ ਸੀ ਆਪਾਂ ਉਹ ਮੈਂ ਥੋੜ੍ਹਾ ਥੋੜ੍ਹਾ ਸਾਫ਼ ਕਰ ਰਹੀ ਹਾਂ, ਪਹਿਲਾਂ ਜਿਹੜਾ ਆਪਾਂ ਪਾਊਡਰ ਲਗਾ ਕੇ ਛੱਡਿਆ ਸੀਗਾ। ਸੋ ਨੋਜ਼ 'ਤੇ ਵੀ ਆਪਾਂ ਜਿਹੜਾ ਕੰਟੂਰ ਲਗਾ ਦਾਂਗੇ, ਅਤੇ ਇਹਨੂੰ ਆਪਾਂ ਜਿਹੜਾ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਮਰਜ਼ ਕਰ ਦਾਂਗੇ।
ਸੋ ਇਹਦੀ ਕਵਰੇਜ ਬਹੁਤ ਆ, ਬਲੈਂਡਿੰਗ ਬਹੁਤ ਵਧੀਆ ਹੁੰਦੀ ਆ। ਸੋ ਮੈਨੂੰ ਇਹ ਪਰਸਨਲੀ ਵਧੀਆ ਲੱਗਾ ਪੈਲਟ। ਤੁਸੀਂ ਲੈ ਸਕਦੇ ਹੋ, ਇਹਦੇ ਵਿੱਚ ਸਾਰਾ ਕੁਛ ਹੀ ਆ, ਬੇਸ ਵੀ ਰੈਡੀ ਕਰ ਸਕਦੇ ਹਾਂ ਤੁਸੀਂ, ਕੰਸੀਲਰ ਵੀ, ਕਲਰ ਕਰੈਕਟਰ ਵੀ ਹੈਗੇ ਆ, ਕੌਨਟੂਰ ਵੀ ਕਰ ਸਕਦੇ ਹਾਂ। ਸੋ ਸਾਰਾ ਕੁਛ ਇੱਕ ਪੈਲਟ ਦੇ ਵਿੱਚ ਜੇ ਤੁਹਾਨੂੰ ਮਿਲਦਾ ਹੈ ਤਾਂ ਤੁਹਾਨੂੰ ਕੀ ਮਾੜਾ ਆ। ਇਹ ਆਈ ਸੀ ਆਈ ਥਿੰਕ ਇਹਦੇ 'ਤੇ ਔਫ ਲੱਗੇ ਰਹਿੰਦੇ ਆ ਨਾਇਕਾ 'ਤੇ, ਜਿੱਦਾਂ ਮੈਂ ਆਲਵੇਜ਼ ਦੱਸਦੀ ਰਹਿੰਦੀ। ਸੋ ਇਸ ਵਾਰੀ ਵੀ ਔਫ ਲੱਗਾ ਹੋਇਆ ਸੀਗਾ। ਸਵਿਸ ਬਿਊਟੀ ਦਾ ਜਿਹੜਾ ਮੈਂ ਕੰਸੀਲਰ ਮੰਗਾਇਆ ਸੀਗਾ ਇਹ 199 ਦਾ ਪਿਆ ਮੈਨੂੰ, ਵੈਸੇ 200 ਸਮਥਿੰਗ ਦਾ ਉਸ ਦਿਨ ਇੱਥੇ ਮਤਲਬ ਕੰਸੀਲਰ 'ਤੇ ਔਫ ਲੱਗਾ ਹੋਇਆ ਸੀਗਾ। ਅਤੇ ਜਿਹੜਾ ਮੈਂ ਉਹ ਪੈਲਟ ਮੰਗਾਇਆ ਉਹ ਆਈ ਥਿੰਕ 400 ਸਮਥਿੰਗ ਦਾ ਸੀਗਾ। ਸੋ ਮੈਂ ਜਿਹੜਾ ਅੱਜ ਆਪਣਾ ਬਲੱਸ਼ਰ ਬਣਾਇਆ ਸੀ ਉਹ ਮੈਂ ਇੱਕ ਜਿਹੜਾ ਲਵ ਅਰਥ ਦਾ ਬਲੱਸ਼ਰ ਯੂਜ਼ ਕਰਦੀ ਉਹ, ਅਤੇ ਥੋੜ੍ਹੀ ਜਿਹੀ ਲਿਪਸਟਿਕ ਐਡ ਕਰਕੇ ਦੋਨਾਂ ਨੂੰ ਮਿਕਸ ਕਰਕੇ ਹੀ ਜਿਹੜਾ ਬਲੱਸ਼ਰ ਬਣਾਇਆ ਸੀਗਾ। ਸੋ ਬਰੱਸ਼ ਦੀ ਹੈਲਪ ਦੇ ਨਾਲ ਤੁਸੀਂ ਜਿਹੜਾ ਚੀਕਸ 'ਤੇ ਬਲੱਸ਼ਰ ਲਗਾ ਦਿਓ। ਦੇਖਦੇ ਦੇਖਦੇ ਤੁਸੀਂ ਦੇਖੋ ਮੇਕਅਪ ਕਿੰਨਾ ਸੋਹਣਾ ਲੱਗਣ ਲੱਗ ਪਿਆ। ਮੈਨੂੰ ਥੋੜ੍ਹਾ ਬਲੱਸ਼ਰ ਵੱਧ ਪਸੰਦ ਹੈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਵੱਧ ਲਗਾਉਂਦੀ ਹਾਂ, ਅਤੇ ਆਪਾਂ ਨੋਸ 'ਤੇ ਵੀ ਅਪਲਾਈ ਕਰ ਲਾਂਗੇ। ਜੇ ਤੁਹਾਨੂੰ ਘੱਟ ਪਸੰਦ ਹੈ ਤੁਸੀਂ ਘੱਟ ਵੀ ਲਗਾ ਸਕਦੇ, ਤੁਹਾਨੂੰ ਵੱਧ ਪਸੰਦ ਹੈ ਤਾਂ ਤੁਸੀਂ ਵੱਧ ਵੀ ਲਗਾ ਸਕਦੇ ਹਾਂ। ਸੋ ਮੈਨੂੰ ਥੋੜ੍ਹਾ ਜਿਹਾ ਨੋਸ 'ਤੇ ਲੱਗਾ ਵੱਧ ਆ, ਤਾਂ ਆਪਾਂ ਬਰੱਸ਼ ਦੀ ਹੈਲਪ ਨਾਲ ਥੋੜ੍ਹਾ ਜਿਹਾ ਉਹਨੂੰ ਸੈਟਲ ਜਿਹਾ ਕਰ ਲਿਆ। ਹੁਣ ਆਪਾਂ ਹਾਈਲਾਈਟਰ ਲਗਾਵਾਂਗੇ, ਲਿਪਸਟਿਕ ਲਗਾਵਾਂਗੇ, ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਹੋਰ ਰਹਿ ਗਈਆਂ। ਇਹ ਆਲਮੋਸਟ ਮੇਰਾ ਪੈਲਟ ਫਿਨਿਸ਼ ਹੋ ਚੁੱਕਾ ਆ। ਸੋ ਇਹਦੇ ਵਿੱਚੋਂ ਹੀ ਜਿਹੜਾ ਆਪਾਂ ਹਾਈਲਾਈਟਰ ਲਗਾਵਾਂਗੇ। ਨੋਜ਼ 'ਤੇ ਵੀ ਲਗਾ ਲਾਂਗੇ। ਹੁਣ ਆਪਣਾ ਰਹਿ ਗਿਆ ਸੀਗਾ ਮਸਕਾਰਾ। ਮੈਨੂੰ ਆਈਬ੍ਰੋਜ਼ ਥੋੜ੍ਹੇ ਜਿਹੇ ਲੱਗਦੇ ਸੀਗੇ ਵੀ ਮੇਰੇ ਆਈਬ੍ਰੋਜ਼ ਸੈੱਟ ਨਹੀਂ ਹੈਗੇ, ਸੋ ਮੈਂ ਦੁਬਾਰਾ ਆਈਬ੍ਰੋਜ਼ ਜਿਹੜੇ ਇੱਕੋ ਹੀ ਆਈਬ੍ਰੋ ਜਿਹੜਾ ਮੇਰਾ ਉਹਨੂੰ ਸੈੱਟ ਕੀਤਾ ਥੋੜ੍ਹਾ ਜਿਹਾ ਫੇਰ, ਕਿਉਂਕਿ ਹਜੇ ਮੈਨੂੰ ਸੈਟਿਸਫਾਈ ਜਿਹਾ ਨਹੀਂ ਸੀਗਾ। ਮੈਨੂੰ ਇੱਕ ਲੱਗ ਰਿਹਾ ਸੀ ਥੋੜ੍ਹਾ ਜਿਹਾ ਥਿੰਨ ਲੱਗ ਰਿਹਾ, ਇੱਕ ਥਿੱਕ ਲੱਗ ਰਿਹਾ। ਆਈਬ੍ਰੋਜ਼ ਕਰਾਉਣ ਵਾਲੇ ਵੀ ਆ, ਸੋ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਮੈਨੂੰ ਡਿਫੀਕਲਟ ਹੁੰਦਾ ਹੈ ਆਈਬ੍ਰੋਜ਼ ਫਿਲ ਕਰਨ 'ਚ। ਹੁਣ ਆਪਣੀ ਫੇਵਰੇਟ ਲਿਪਸਟਿਕ ਜਿਹੜੀ ਨੋਨ ਬ੍ਰਾਂਡ ਹੈ, ਤਾਂ ਕੋਈ ਵੀ ਬ੍ਰਾਂਡ ਨਹੀਂ ਹੈਗਾ, ਪਤਾ ਨਹੀਂ ਕਿਹੜੇ ਬ੍ਰਾਂਡ ਦੀ ਆ, ਬਟ ਮੈਨੂੰ ਬਹੁਤ ਵਧੀਆ ਲੱਗਦੀ ਹੈ। ਸੋ ਆਪਾਂ ਲਿਪਸਟਿਕ ਜਿਹੜੀ ਅਪਲਾਈ ਕਰ ਲਾਂਗੇ। ਲਿਪਸਟਿਕ ਲਾਉਣ 'ਚ ਮੇਰਾ ਥੋੜ੍ਹਾ ਜਿਹਾ ਹੱਥ ਟੈਟ ਹੀ ਆ, ਮੇਰੇ ਤੋਂ ਚੰਗੀ ਤਰ੍ਹਾਂ ਲੱਗਦੀ ਨਹੀਂ ਹੁੰਦੀ, ਇੱਕ ਦੋ ਵਾਰੀ ਮੈਨੂੰ ਚੰਗੀ ਤਰ੍ਹਾਂ ਸੈਟਲ ਜਿਹੀ ਕਰਨੀ ਪੈਂਦੀ ਹੈ, ਫਿਰ ਜਾ ਕੇ ਕਿਤੇ ਲੱਗਦੀ ਆ। ਐਂਡ ਤੱਕ ਮੈਂ ਲਿਪਸਟਿਕ ਵੈਸੇ ਆਪਣੀ ਸੈੱਟ ਹੀ ਕਰਦੀ ਰਹੀ ਸੀ। ਸੋ ਹੁਣ ਆਪਾਂ ਇੱਥੇ ਯੂਜ਼ ਕਰਾਂਗੇ ਮੇਰਾ ਫੇਵਰੇਟ ਮਸਕਾਰਾ।
ਮੈਂ ਆਈਲੈਸ਼ਿਜ਼ ਨਹੀਂ ਲਗਾਉਂਦੀ ਜਿੱਦਾਂ ਕਿ ਮੈਂ ਆਲਵੇਜ਼ ਦੱਸਦੀ ਹਾਂ, ਕਿਉਂਕਿ ਮੇਰੇ ਆਈਲੈਸ਼ਿਜ਼ ਆਪਣੇ ਹੀ ਵਧੀਆ ਦਿੱਤੇ ਹੋਏ ਆ ਰੱਬ ਨੇ, ਸੋ ਉਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਇਨਹੈਂਸ ਕਰ ਲਈਦਾ। ਤੁਸੀਂ ਦੇਖ ਲਿਓ ਹੁਣ ਜਸਟ ਮੈਂ ਇੱਕ ਕੋਡ ਲਾਇਆ ਅਤੇ ਆਈਬ੍ਰੋਜ਼ ਕਿੰਨੇ ਉੱਪਰ ਨੂੰ ਕਰਲ ਹੋ ਗਏ। ਪਹਿਲਾਂ ਇੱਦਾਂ ਲੱਗਦਾ ਸੀ ਹੈ ਨਹੀਂ, ਬਟ ਜਦੋਂ ਮੈਂ ਮਸਕਾਰਾ ਲਗਾਇਆ ਤਾਂ ਉਹ ਚੰਗੀ ਤਰ੍ਹਾਂ ਨਿਕਲ ਕੇ ਆ ਗਿਆ, ਅਤੇ ਤਕਦੀਰ ਦੇ ਆਈਲੈਸ਼ਿਜ਼ ਵੀ ਸੇਮ ਮੇਰੇ ਵਰਗੇ ਆ, ਈਵਨ ਮੇਰੇ ਤੋਂ ਵੀ ਜ਼ਿਆਦਾ ਸੋਹਣੇ ਆ। ਅਤੇ ਉਹਨੂੰ ਵੀ ਆਈਲੈਸ਼ਿਜ਼ ਦੀ ਕਦੀ ਵੀ ਲੋੜ ਨਹੀਂ ਪੈਣੀ, ਅਤੇ ਉਹਦੇ ਵਾਲ ਵੀ ਬਹੁਤ ਜ਼ਿਆਦਾ ਸੋਹਣੇ ਆ। ਸੋ ਇੱਥੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਐਂਡ ਤੱਕ ਆਪਣੀ ਲਿਪਸਟਿਕ ਸੈੱਟ ਕਰਦੀ ਰਹੀ, ਇੱਥੇ ਵੀ ਮੈਂ ਆਪਣੀ ਲਿਪਸਟਿਕ ਹੀ ਸੈੱਟ ਕਰ ਰਹੀ ਸੀ। ਬਾਕੀ ਹੇਅਰ ਬਹੁਤ ਡਰਾਈ ਹੁੰਦੇ ਆ ਅਤੇ ਮੇਰੇ ਡੈਂਡਰਫ ਬਹੁਤ ਜ਼ਿਆਦਾ ਪੈ ਗਈ, ਪਤਾ ਨਹੀਂ ਕਿਉਂ ਇੱਦਾਂ ਹੋਇਆ, ਡਰਾਈਨੈਸ ਬਹੁਤ ਆ ਗਈ ਅਤੇ ਜਿਹੜੇ ਹੇਅਰ ਦੇ ਵਿੱਚ ਡੈਂਡਰਫ ਬਹੁਤ ਪੈ ਗਈ। ਜੇ ਕਿਸੇ ਨੂੰ ਪਤਾ ਹੋਇਆ ਵੀ ਡੈਂਡਰਫ ਕਿੱਦਾਂ ਹਟੂਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਫਿਰ ਆਪਾਂ ਉਹ ਤਰੀਕਾ ਅਪਣਾਵਾਂਗੇ, ਕਿਉਂਕਿ ਮੈਂ ਬਹੁਤ ਕੁਛ ਕਰ ਚੁੱਕੀ ਹਾਂ ਬਟ ਡੈਂਡਰਫ ਨੂੰ ਜਿਹੜਾ ਫਰਕ ਨਹੀਂ ਪੈ ਰਿਹਾ, ਪਤਾ ਨਹੀਂ ਡਰਾਈਨੈਸ ਕਰਕੇ ਹੋਇਆ ਆ, ਹੇਅਰ ਡਰਾਈ ਹੋ ਗਿਆ ਬਹੁਤ ਜ਼ਿਆਦਾ, ਤਕਦੀਰ ਤੋਂ ਬਾਅਦ ਬਹੁਤ ਡਰਾਈ ਹੋਣ ਲੱਗ ਪਏ ਹੇਅਰ। ਸੋ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਵੀ ਐਂਡ ਤੱਕ ਮੈਂ ਆਪਣੀ ਲਿਪਸਟਿਕ ਹੀ ਸੈੱਟ ਕਰਦੀ ਰਹੀ। ਬਾਕੀ ਤੁਸੀਂ ਮੇਕਅਪ ਦੇਖ ਸਕਦੇ ਹੋ ਹੁਣ ਵੀ ਸਕਿਨ ਟੋਨ ਦੇ ਨਾਲ ਬਿਲਕੁਲ ਮੈਚ ਕਰਨ ਲੱਗ ਪਿਆ, ਬਿਲਕੁਲ ਨਹੀਂ ਲੱਗ ਰਿਹਾ ਕਿ ਓਪਰਾ ਓਪਰਾ ਲੱਗਦਾ ਪਿਆ ਆ ਮੇਰੇ ਅਕੋਰਡਿੰਗ। ਸੋ ਇੱਥੇ ਆਪਣੀ ਲਿਪਸਟਿਕ ਕੰਪਲੀਟ ਹੋ ਗਈ ਅਤੇ ਮੈਂ ਬਲੂ ਕਲਰ ਦਾ ਕੱਜਲ ਘੜ ਲਿਆ ਸੀ। ਸੋ ਇਹ ਸੀ ਆਪਣੀ ਫਾਈਨਲ ਲੁੱਕ ਬਿਨਾਂ ਲਾਈਟ ਤੋਂ, ਤੁਸੀਂ ਦੇਖ ਸਕਦੇ ਮੇਕਅਪ ਕਿੰਨਾ ਸੋਹਣਾ ਹੋ ਗਿਆ। ਸੋ ਜੇ ਵਧੀਆ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸ